ਕੰਮ ਤਾਂ ਜਿਹੜੇ ਸੂਬਾ ਸਰਕਾਰ ਨੇ ਕਰਨੇ ਸੀਗੇ ਉਹਦੇ ਕੀਤੇ। ਬਿਜਲੀ ਫ੍ਰੀ ਦੇਣੀ ਸੀਗੀ, ਬਿਜਲੀ ਵਾਧੂ ਦੇਣੀ ਸੀਗੀ, ਸੜਕਾਂ ਬਣਾਉਣੀਆਂ ਸੀਗੀਆਂ, ਮੁਹੱਲਾ ਕਲੀਨਿਕ ਬਣਾਉਣੇ ਸੀਗੇ, ਜਾਂ ਸੜਕ ਸੁਰੱਖਿਆ ਫੋਰਸ ਬਣਾਉਣੀ ਸੀਗੀ, ਨੌਕਰੀਆਂ ਦੇਣੀਆਂ ਸੀਗੀਆਂ। ਇਹ ਕੰਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਬਾਖੂਬੀ ਨਿਭਾਏ ਨੇ। ਕੁਝ ਕੰਮ ਜਿਹੜੇ ਰਹਿ ਗਏ ਨੇ ਜਿਹੜੇ ਪਿੰਡ ਦੀ ਪੰਚਾਇਤ ਨੇ ਮਤੇ ਪਾਸ ਕਰਕੇ ਕਰਨੇ ਹੁੰਦੇ ਨੇ, ਉਹ ਹੁਣ ਜ਼ਿੰਮੇਵਾਰੀ ਆਪਾਂ ਸਾਰਿਆਂ ਦੇ ਉੱਤੇ ਆ ਗਈ ਆ, ਉਹਨੂੰ ਆਪਾਂ ਬਹੁਤ ਹੀ ਇਮਾਨਦਾਰੀ ਦੇ ਨਾਲ ਜਿਹੜਾ ਉਹ ਨਿਭਾਉਣਾ ਆ। ਤਾਂ ਹੀ ਸਾਡਾ ਲੋਕਤੰਤਰ ਜਿਸ ਪਰਪਸ ਵਾਸਤੇ ਪਿੰਡ ਪੰਚਾਇਤਾਂ ਦਾ ਗਠਨ ਕੀਤਾ ਗਿਆ ਉਹ ਤਾਂ ਹੀ ਸੰਭਵ ਹੋਊਗਾ ਜੇ ਅਸੀਂ ਹੁਣ ਆਪਣਾ ਤਨਦੇਹੀ ਦੇ ਨਾਲ ਆਪਣਾ ਕੰਮ ਜਿਹੜਾ ਉਹਨੂੰ ਜਾਰੀ ਰੱਖਾਂਗੇ। ਸੋ ਮੇਰੇ ਵੱਲੋਂ ਤੁਹਾਡੇ ਜਿੰਨੇ ਵੀ ਨਵੇਂ ਪੰਚ ਸਰਪੰਚ ਸਾਹਿਬਾਨ ਚੁਣ ਕੇ ਆਏ ਨੇ, ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਹਲਕੇ ਜੰਡਿਆਲਾ ਗੁਰੂ ਵੱਲੋਂ, ਜੰਡਿਆਲਾ ਗੁਰੂ ਹਲਕੇ ਦੇ ਨਵੇਂ ਚੁਣੇ ਗਏ ਸਰਪੰਚਾਂ ਪੰਚਾਂ ਸਾਹਿਬਾਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਹਾੜੇ ਤੇ ਮੁਬਾਰਕਬਾਦ ਦਿੰਦਾ ਹਾਂ, ਵਧਾਈ ਦਿੰਦਾ ਹਾਂ। ਪਰ ਨਾਲ ਇਹ ਆਸ ਉਮੀਦ ਕਰਦਾ ਹਾਂ ਕਿ ਆਪਾਂ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਸਾਡਾ ਹੇਠਲੇ ਪੱਧਰ ਤੇ ਪਿੰਡ ਪੱਧਰ ਤੇ ਸਾਨੂੰ ਫਤਵਾ ਦਿੱਤਾ, ਅਸੀਂ ਉਹਦੇ ਤੇ ਖਰੇ ਉਤਰਦੇ ਹੋਏ ਅਸੀਂ ਆਪਣੇ ਕੰਮ ਨੂੰ ਹੋਰ ਜਿਹੜਾ ਆ ਉਹ ਅੱਗੇ ਵਧਾਵਾਂਗੇ। ਕਈ ਤਰ੍ਹਾਂ ਦੀਆਂ ਕੋਈ ਕਨਫਲਿਕਟ ਪੰਚਾਇਤ ਨੂੰ ਕੋਈ ਸਮਝ ਨਹੀਂ ਲੱਗ ਰਹੀ ਜਾਂ ਕਿਸ ਤਰ੍ਹਾਂ ਕੰਮ ਕਰਨੇ ਨੇ, ਕਿਉਂਕਿ ਆਲਮੋਸਟ ਆਪਾਂ ਨਵੇਂ ਬੰਦੇ ਆ, ਕਈ ਵਾਰੀ ਕੰਮ ਕਰਦੇ ਆ ਕੋਈ ਉਤਾਈਆਂ ਹੋ ਜਾਂਦੀਆਂ ਨੇ। ਉਹਦੇ ਵਾਸਤੇ ਸਾਡਾ ਪੰਚਾਇਤੀ ਵਿਭਾਗ ਆ ਉਹ ਸਮੇਂ ਸਮੇਂ ਗਾਈਡ ਜਿਹੜਾ ਆ ਉਹ ਕਰਦਾ ਰਹੂਗਾ। ਸਾਡੀ ਵੀ ਕੋਸ਼ਿਸ਼ ਰਹੂਗੀ ਕਿ ਅਸੀਂ ਪੰਚਾਇਤਾਂ ਨੂੰ ਹੋਰ ਮਜ਼ਬੂਤ ਕਰਕੇ ਵੱਧ ਤੋਂ ਵੱਧ ਗ੍ਰਾਂਟਸ ਦੇ ਰੂਪ ਦੇ ਵਿੱਚ ਜੋ ਕੁਝ ਵੀ ਆਪਣੀਆਂ ਪੰਚਾਇਤਾਂ ਵਾਸਤੇ ਕਰ ਸਕਦੇ ਹਾਂ ਉਹ ਕਰ ਸਕੀਏ। ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੰਚਾਇਤਾਂ ਬਣੀਆਂ ਨੇ, ਮੇਰਾ ਖਿਆਲ ਆ ਕਿ ਇਸ ਦੇ ਨਾਲ ਉਹ ਲੋਕ ਜਿਹੜੇ ਸਾਨੂੰ ਕਹਿੰਦੇ ਸੀਗੇ ਕਿ ਬਸ ਥੋੜਾ ਚਿਰ ਸਰਕਾਰ ਆ, ਇੰਨਾ ਸਮਾਂ ਰਹਿ ਗਿਆ, ਪਰ ਆਹ ਜੋ ਤੁਸੀਂ ਹੁਣ ਕਰਕੇ ਦਿਖਾ ਦਿੱਤਾ ਆ 2024 ਦੀਆਂ ਪੰਚਾਇਤ ਇਲੈਕਸ਼ਨਾਂ ਦੇ ਵਿੱਚ, ਇਹਦੇ ਨਾਲ ਤੁਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਇਨਸ਼ੋਰ ਕਰ ਦਿੱਤੀ ਆ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਆ ਰਹੀ ਆ। ਇਸ ਤੋਂ ਇਲਾਵਾ 2025 ਦੇ ਵਿੱਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਨੇ, ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕਿਸ ਤਰ੍ਹਾਂ ਸਾਡੀ ਟੌਪ ਲੈਵਲ ਦੀ ਲੀਡਰਸ਼ਿਪ ਨੂੰ ਹਰਾਸ ਕੀਤਾ ਗਿਆ, ਝੂਠੇ ਕੇਸ ਪਾ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ, ਇੱਥੋਂ ਤੱਕ ਕਿ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ, ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਨ੍ਹਾਂ ਨੇ 70 ਦੇ ਵਿੱਚੋਂ 62 ਸੀਟਾਂ ਲੈ ਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਸੀਗੀ, ਚੁਣੇ ਹੋਏ ਮੁੱਖ ਮੰਤਰੀ ਨੂੰ 6 ਮਹੀਨੇ ਤੱਕ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸਿਰਫ ਇੱਕ ਗੱਲ ਕਰਕੇ ਕਿ ਆਮ ਆਦਮੀ ਪਾਰਟੀ ਦਾ ਵਿਕਾਸ ਨਾ ਹੋ ਸਕੇ, ਇਹ ਅੱਗੇ ਨਾ ਵੱਧ ਸਕੇ। ਪਰ ਵਾਹਿਗੁਰੂ ਬਹੁਤ ਬੇਅੰਤ ਆ, ਸਾਡੇ ਜਿੰਨੇ ਲੀਡਰ ਸੀਗੇ ਝੂਠੇ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਅੰਦਰ ਦਿੱਤਾ ਸੀਗਾ ਸਾਡੀ ਮਾਣਯੋਗ ਸੁਪਰੀਮ ਕੋਰਟ ਨੇ, ਉਹਨਾਂ ਨੂੰ ਰਿਹਾ ਕੀਤਾ, ਜ਼ਮਾਨਤ ਤੇ ਰਿਹਾ ਕੀਤਾ, ਹੁਣ ਸਾਡੇ ਲੀਡਰ ਬਾਹਰ ਨੇ, ਸਾਡੀ ਮਜ਼ਬੂਤੀ ਜਿਹੜੀ ਆ ਹੋਰ ਵੀ ਵੱਧ ਗਈ, ਹੁਣ ਅਸੀਂ ਪਿੰਡ ਪੱਧਰ ਤੋਂ ਲੈ ਕੇ ਆਪਣੀ ਪਾਰਟੀ ਦੀ ਟੌਪ ਲੀਡਰਸ਼ਿਪ ਤੱਕ ਜਿਹੜੇ ਆ ਉਹ ਕੰਮ ਕਰਨ ਵਾਸਤੇ ਤਿਆਰ ਪਰ ਤਿਆਰ ਆ। ਸੋ ਅਖੀਰ ਤੇ ਮੈਂ ਸਾਰੇ ਪੰਚ ਸਰਪੰਚ ਸਾਹਿਬਾਨਾਂ ਨੂੰ ਖਾਸ ਤੌਰ ਤੇ ਇਸ ਹਲਕੇ ਦੇ ਮੇਰੇ ਵੱਡੇ ਵੀਰ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਸੂਝਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਸੂਝਬੂਝ ਦੇ ਨਾਲ ਬੜੇ ਵਧੀਆ ਤਰੀਕੇ ਦੇ ਨਾਲ ਵੱਧ ਤੋਂ ਵੱਧ ਮੈਜੋਰਿਟੀ ਦੇ ਨਾਲ ਔਰ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਹੋਇਆ ਸੰਵਿਧਾਨਕ ਤਰੀਕਿਆਂ ਦੇ ਵਿੱਚ ਵਿਸ਼ਵਾਸ ਕਰਦਿਆਂ ਹੋਇਆ ਉਹਨਾਂ ਨੇ ਵੱਡੀ ਪੱਧਰ ਤੇ ਪੰਚਾਇਤਾਂ ਦਾ ਇੱਥੇ ਗਠਨ ਕੀਤਾ। ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਭ ਨੂੰ ਮੁਬਾਰਕਾਂ, ਕਿਉਂਕਿ ਇੱਕ ਸੁਪਨਾ ਹੁੰਦਾ ਹੈ ਕਿਸੇ ਰਾਜਨੀਤਿਕ ਅਹੁਦੇ ਤੇ ਜਾਣਾ, ਕਿਸੇ ਪਿੰਡ ਦਾ ਸਰਪੰਚ ਬਣਨਾ, ਪੰਚ ਬਣਨਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਹਮੇਸ਼ਾ ਹੀ ਆਪਾਂ ਅਹੰਕਾਰ ਦੇ ਵਿੱਚ ਨਹੀਂ ਆਉਣਾ ਕਿ ਅਸੀਂ ਪੰਚ ਬਣ ਗਏ ਹਾਂ, ਸਰਪੰਚ ਬਣ ਗਏ ਹਾਂ, ਜਾਂ MLA ਬਣ ਗਏ ਹਾਂ, ਜਾਂ ਮੰਤਰੀ ਬਣ ਗਏ ਹਾਂ, ਹੰਕਾਰ ਦੇ ਵਿੱਚ ਨਹੀਂ ਆਉਣਾ। ਜੋ ਕੁਝ ਆ ਇਹ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦਾ ਆਸ਼ੀਰਵਾਦ ਹੀ ਆ, ਉਹਨਾਂ ਦਾ ਹੱਥ ਹੋਵੇ ਤੇ ਸਾਰਾ ਕੁਝ ਜਿਹੜਾ ਆ ਉਹ ਸੰਭਵ ਹੁੰਦਾ ਹੈ। ਸੋ ਆਪਾਂ ਲੋਕ ਭਲਾਈ ਦੇ ਵਿੱਚ, ਸਮਾਜ ਸੇਵਾ ਦੇ ਵਿੱਚ, ਪਿੰਡ ਦੇ ਵਿਕਾਸ ਵੱਲ ਹੁਣ ਤੋਂ ਹੀ ਜਿਹੜਾ ਜੁੱਟ ਜਾਣਾ ਹੈ ਤਾਂ ਕਿ ਜਿਸ ਕੰਮ ਦੀ ਜ਼ਿੰਮੇਵਾਰੀ ਸਾਡੀ ਲੋਕਾਂ ਨੇ ਲਾਈ ਆ ਅਸੀਂ ਉਹਨੂੰ ਬਾਖੂਬੀ ਨੇਪਰੇ ਚਾੜ ਸਕੀਏ।
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।